ਜਿੱਤੇ ਪੰਜਾਬੀ ਫਿਲਮਾਂ ਤੜਾ ਤੜ ਫਲॉप ਹੋ ਰਹੀਆਂ ਤੇ ਉੱਥੇ ਹੁਣ ਇੱਕ ਆਸ ਦੀ ਕਿਰਨ ਜਾਗੀ ਹੈ ਉਹ ਹੈ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਜੱਟ ਐਂਡ ਜੂਲੀਅਟ 3 ਇਸ ਦੇ ਪਹਿਲਾਂ ਤੁਸੀਂ ਜੱਟ ਐਂਡ ਜੂਲੀਅਟ ਫਿਲਮ ਦੇ ਦੋ ਭਾਗਾਂ ਨੂੰ ਵੱਡਾ ਹੰਗਾਰਾ ਵੀ ਮਿਲ ਚੁੱਕਾ ਹੈ ਤੇ ਇਸ ਵਾਰ ਖੁਤੀਆ ਪੌਣ ਆ ਰਹੇ ਹਨ ਦਰਜੀਤ ਦਸਾਂਤ ਤੇ ਨੀਰੂਪ ਬਾਜਵਾ White Hill Studio ਤੇ Speed Records ਨੇ Story Time Production Company ਨਾਲ ਮਿਲ ਕੇ ਵੱਡਾ ਪ੍ਰਾਲਾ ਕੀਤਾ ਹੈ। ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ ਜਿਹੜੇ ਪਹਿਲਾਂ ਵੀ ਬਿਹਤਰੀਨ ਫਿਲਮਾਂ ਮਾਰਕੀਟ ਵਿੱਚ ਤੇ ਚੁੱਕੇ ਹਨ। ਇਸ ਫਿਲਮ ਦੇ ਪੰਜ ਪ੍ਰੋਡਿਊਸਰ ਹਨ ਜਿਸ ਤੋਂ ਸਾਫ਼ ਹੈ ਕਿ ਫਿਲਮ ਦਾ ਕਾਫੀ ਵੱਡਾ ਬਜਟ ਵੀ ਹੈ। ਫਿਲਮ ਜੱਟ ਤੇ ਜੁਲੀਅਟ 3 ਵਿੱਚ ਜੈਸਮਿਨ ਬਾਜਵਾ, ਰਾਣਾ ਰਣਵੀਰ, ਬੀ ਐਨ ਸ਼ਰਮਾ, ਪਾਕਿਸਤਾਨੀ ਅਦਾਕਾਰ ਨਾਸਿਰ ਚਨੋਤੀ ਅਕਰਮ ਦਾਸ ਤੇ ਹੋਰ ਬਹੁਤ ਸਾਰੇ ਬਿਹਤਰੀਨ ਕਲਾਕਾਰ ਕੰਮ ਕਰ ਰਹੇ ਹਨ ਤੇ ਇਹ ਫਿਲਮ 28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸੌਟੀ ਤੇ ਕਿੰਨੀ ਕੁ ਖਰੀ ਉਤਰਦੀ ਹੈ ਤੇ ਇਹ ਤੈਅ ਹੋਵੇਗਾ 28 ਜੂਨ 2024 ਨੂੰ ਯਾਨੀ ਕਿ ਪੂਰੀ ਗਰਮੀ ਵਿੱਚ ਕੈਰ ਫਿਲਮ ਦੀ ਪੂਰੀ ਟੀਮ ਨੂੰ ਮੁਬਾਰਕਾਂ ਤੇ ਅੱਜ ਫਿਲਮ ਦੀ ਟੀਮ ਨੇ ਆਪਣੇ ਸੋਸ਼ਲ ਮੀਡੀਆ ਤੇ ਖੂਬਸੂਰਤ ਪੋਸਟਰ ਅਪਲੋਡ ਕੀਤੇ ਹਨ ਤੇ ਦਰਸ਼ਕਾਂ ਨੂੰ ਇਹਨਾਂ ਦੀ ਜੋੜੀ ਪਸੰਦ ਵੀ ਆ ਰਹੀ ਹੈ